שאין עליה שלט ושלום בהכר, שאין עליה שלט ושלום איש ושדות, שאין עליה שלט ושלום מזהור וחוג'ת וקאים עליה שלט. אלהי זכר קבול פורמה, בניין די מהנת קבול פורמה, جو حاضرین گناہ معاف فرما، بقیت اللہ جلدی ظہور فرما، اس قابل بنا امام دی زیارت مشرف خوش، بیمار دی بیماری دا واسطے چندی بیماری دا نام ہے غیرت، کوئی ماتمی بیمار ہے صحت عطا فرما، ਜਿਹੜੀਆਂ ਜੋਲੀਆਂ ਔਲਾਦ ਵਾਸਤੇ ਸਿੱਖਦੀਆਂ ਨੇਕ ਔਲਾਦ ਅਤਾ ਫਰਮਾ। ਗੁਨਾਹਗਾਰ ਹੈ ਤੂੰ ਕਰੀਮ ਹੈ ਮੁਹਤਾਜ ਦੁਆ ਹੈ, ਖਾਲੀ ਹੱਥ ਤੇਰੀ ਵਾਰਗਾਹ ਚੋਂ ਖਾਲੀ ਨਾ ਲੋਟਿਆ, ਸਾਰੀਆਂ ਦੁਆਈ ਨੂੰ ਸ਼ਰਫੇ ਕਬੂਲੀਅਤ ਅਤਾ ਫਰਮਾ। ਅੱਲਾਹੁਮਾ ਸੱਲੇ ਅਲਾ ਮੁਹੰਮਦ ਅਲੇ ਮੁਹੰਮਦ ਵਾਜਨ ਮੁਹੰਮਦ। ਦੁਆਈ ਦੀ ਕਬੂਲੀਅਤ ਵਾਸਤੇ ਮਿਲ ਕੇ ਸਲਵਾਤ ਬੁਲੰਦਾ ਵਾ ਐਸੀ ਸਲਵਾਤ ਪੜ੍ਹੋ ਜਿਵੇਂ ਚੌਦਾਂ ਦੀ ਅਜ਼ਮਤ ਬੁਲੰਦ ਹੈ। ਬੁਲੰਦ ਸਲਵਾਤ ਜਿਹੜਾ ਹਾਜ਼ਰ ਹੈ ਉਹ ਕੁਛ ਸਮਝ ਆਈਏ ਜੋ ਮੈਂ ਕਿਹਾ ਕਿ ਉਸਦੀ ਇੱਜ਼ਤ ਮਸਤੂਰ ਦਾ ਮੈਂ ਸਲਾਮ ਪੜ੍ਹਿਆ ਜਿਹਦੀ ਤਾਜ਼ੀਮ ਵਾਸਤੇ ਬਾਬਾ ਉਹ ਠੀਕ ਅਲਮੀਨ ਖਬਨ ਕਰਕੇ ਸਲਵਾਤ ਵਾਲਾ ਹਸਨ ਮਸਮੂਮਿਨ ਵਾਲਾ ਮੁਸਲਮਾਨਾਂ ਦੀਆਂ ਲੁੱਟੀਆਂ ਬੇਣੀਂ ਦਭਰਾ ਸਮਝ ਆ ਗਈ ਹੈ ਜੈ ਸੱਜੇ ਖਬਰ ਡਿਠੇ ਉਹਦਾ ਆਪਣਾ ਮੁਕੱਦਰ ਹੈ। ਇੱਜ਼ਤ ਅਲੇ ਵੀਰ ਦਾ ਹੁਕਮ ਹੀ ਵਾਦਾ ਵਫਾਈ ਹੋ ਗਈ। ਸ਼ਾਮ ਦੇ ਬਾਹਰੋਂ ਫਿਜ਼ਾ
ਤੇ ਗਈ ਬਦਲੀ ਮੌਤ ਦੀ ਛਾਏ ਰਤ ਰੋਣ ਲਾ ਦਾ ਬੈਠੇ ਮੇਰੀ ਪੱਗ ਦਾ ਵਾਰਿਸ ਜਲਦੀ ਵਨ ਮਤਾਂ ਦਾ ਦਿਲ ਘਬਰਾ ਕੀ ਬਾਤ ਹੈ ਸੁਭਾਨ ਅੱਲਾ ਮੇਰੀ ਪੱਗ ਦਾ ਵਾਰਿਸ ਜਲਦੀ ਵਨ ਮਤਾਂ ਦਾ ਦਿਲ ਮੈਨੂੰ ਗੁਸਲ ਕਫਨ ਦੇਵੇਂ ਬਾਦ ਦੇ ਵਿੱਚ ਤੇ ਪਹਿਲੇ ਫਿਜ਼ਾ ਕੋ ਦਫਨਾਏ ਨਹੀਂ ਭੁਲਦੇ ਵਕਤ ਸ਼ਰੀਫਾ ਕੋ ਸਾਡੇ ਪਾਲਣ ਵਾਲੀ ਕੀ ਬਾਤ ਵੱਲ ਪੜਾਂ ਨਹੀਂ ਭੁੱਲਦੇ ਵਕਤ ਸ਼ਰੀਫਾਂ ਕੋ ਸਾਡੇ ਪਾਲਣ ਵਾਲੀ ਇੱਕ ਵੈਣ ਮੈਂ ਹੋਰ ਪੜਦਾ ਪੁੱਛਿਆ ਮਾਸੂਮਾ ਡਾਡੀ ਫਿਜ਼ਾ ਤੇ ਵਦਾ ਕਿਵੇਂ ਸਜਾਦ ਨਿਭੈਂਦੇ ਰਾਤ ਰੁਕ ਗਈ ਇਸ ਯਾ ਹੁਣ ਤਾਈ ਵਦਾ ਰਾਤ ਦੇ ਨੀਰ ਕਿਆ ਬਾਤ ਯਾਰ ਅਮੀਰ ਉਹ ਬੰਦਾ ਜਿਹੜਾ ਹੈ ਨਹੀਂ ਕਰ ਸਕਾ ਵੀ ਹਾਲ ਸੁਣਾ ਮੇਰੇ ਬਾਕਰ ਦਾ ਤੇ ਵਧਾ ਕੇ ਜੇ ਰੰਗ ਗੁਜ਼ਰੇ ਮੈਂ ਸੁਣਿਆ ਏ ਮਾਸ ਲਹਿ ਪਈ ਅਕਬਰ ਦੀਆਂ ਸ਼ਕਲਾਂ ਸੁਭਾਨ ਅੱਲਾ ਨਸਲਾਂ ਤੁਹਾਡੀਆਂ ਆਬਾਦ ਹੋਵੇ ਵੈਣ ਤੁਹਾਡੇ ਕਬੂਲ ਹੋਵੇ ਅੱਲਾ ਬਾਣੀ ਦੀ ਮਿਹਨਤ ਕਬੂਲ ਫਰਮਾ ਮਾਲਕ ਮੇਰੇ ਭਾਈ ਨੂੰ ਅਰਸ਼ਾਂ ਦੇ ਵਕਤ ਲਾ ਲੈ ਬਹਿਰ ਦੇਖਣੇ ਤਾਂ ਬੇਸ਼ੱਕ ਛੁੱਟੀ ਤੂੰ ਬਹਿਰ ਲੱਗਾ ਵਾ ਮਜਲਿਸ ਵਿੱਚ ਬੈਠੇ ਤਾਂ ਜੰਨਤ ਵੀ ਬਣੀਦੀ ਹੈ ਖਰੀਦਾਰ ਬਣ ਕੇ ਬਹਿ ਕਿਆ ਫਾਇਦਾ ਆਇਆ ਤੈਨੂੰ ਜੋ ਮਜਲਿਸ ਵਿੱਚ ਸ਼ੁਰੂ ਹੋਵੇ ਬੈਠੇ ਹੋਵੇ ਤੇ ਹਾਜ਼ਰ ਨਾ ਹੋਵੇ ਕਿਉਂ ਆਰਾਮ ਛੋੜ ਕੇ ਇਹ ਦਰਵਾਜ਼ਾ ਨਹੀਂ ਅੱਤਦਾ ਇਹ ਹੈਸੀਅਤ ਦਾ ਨਹੀਂ ਜਿਤਨੀ ਝੋਲੀ ਫੈਲਾਵਾ ਸੇ ਉਤਨੀ ਖੈਰਾਤ ਮਿਲ ਸੀ ਨੀਅਤ ਜੋ ਚੰਗੀ ਆਈ ਇਹਨਾਂ ਦੇ ਦਰਵਾਜ਼ੇ ਤੇ ਆਈ ਮਦੀਨੇ ਵਾਲੇ ਸੈਦਾਂ ਨੂੰ ਨੀਅਤ ਜੋ ਪਸੰਦ ਆ ਗਈ ਏ ਜੰਨਤ ਜਿਨ੍ਹਾਂ ਦੀ ਮਲਕੀਅਤ ਹੈ ਉਹ ਮਾਂ ਦੇ ਬਗੈਰ ਬੋਲੇ ਨਹੀਂ ਹਾਜ਼ਰ ਮੈਂ ਕਿਸੇ ਲੰਬੀ ਤਫਸੀਲ ਵਿੱਚ ਨਹੀਂ ਵੰਜਣਾ ਚਾਹੁੰਦਾ ਮੇਰੇ ਬਾਅਦ ਮੇਰੇ ਇੱਜ਼ਤ ਵਾਲੇ ਵੀਰ ਮੌਜੂਦ ਨੇ ਉਹਨਾਂ ਵੀ ਸਫ਼ਰ ਕਰਨਾ ਮੈਂ ਵੀ ਸਫ਼ਰ ਕਰਨਾ ਬਿਰਾਵਾਂ ਦਾ ਹੁਕਮ ਹੈ ਹਾਜ਼ਰੀ ਜ਼ਰੂਰੀ ਆਈ ਮੈਂ ਉਹਦਾ ਵਹਿਣ ਫੜਿਆ ਜੇ ਮਦੀਨੇ ਵਾਲਾ ਕੋ ਵਸਦਾ ਹੀ ਡਿੱਠਾ ਹੈ ਉਜੜਦਾ ਹੀ ਡਿੱਠਾ ਹੈ ਵਸਦੇ ਹਨ ਤਾਂ ਜੱਗ ਤੂੰ ਸੋਹਣੇ ਹੈ ਕਰੇ ਤੇ ਭਾਵੇਂ ਨਾ ਕਰੇ ਉਹ ਤੇਰਾ ਆਪਣਾ ਮੁਕੱਦਰ ਏ ਉਜੜੇ ਨੂੰ ਤਾਂ ਵਧੀਨ ਉਜੜੇ ਜੋ ਕਬਰਾਂ ਨਾਲ ਕਬਰਾਂ ਨਹੀਂ ਕੋਈ ਕਿਥਾਈ ਕੋਈ ਕਿੱਥੇ ਕੋਈ ਅਠਾਵੀ ਰਜਬ ਤੂੰ ਗਿਣ ਕੇ ਅਲੀ ਦੀਦੀ ਦੇ ਦੁਬਾਰਾ ਸ਼ਾਮ ਆਵਣ ਤੱਕ ਮੈਨੂੰ ਦੇਖੋ ਜਵਾਨੀ ਹੋਵੀ ਕੋਈ ਐਸੀ ਮੰਜ਼ਲ ਦਸਾ ਜਿੱਥਾਂ ਅਲੀ ਦੀਆਂ ਧੀਆਂ ਗਈਆਂ ਹੋਵਣ ਤੇ ਫਿਜ਼ਾ ਨਾਲ ਨਾ ਗਈਆਂ ਵਿੱਚ ਮਦੀਨੇ ਦੇ ਜ਼ੈਨਬ ਦੀ ਮਾਂ ਬਣ ਗਈ ਕਰਬਲਾ ਆ ਗਈ ਤਾਂ ਫਿਰਾ ਬਣ ਗਈ ਆ ਗਈ ਜਾਂ ਸ਼ਰਾਬੀ ਦੇ ਦਰਬਾਰ ਵਿੱਚ ਬੀਬੀ ਜ਼ੈਨਬ ਦੇ ਸਰ ਦੀ ਰਿਦਾ ਬਣ ਗਈ
ਦੂਜੀ ਦਫਾ ਜਦੋਂ ਸ਼ਾਮ ਆਈ ਹੈ ਨਾ ਅਲੀ ਦੀ ਧੀ 18 ਫਿਰਾਵਾਂ ਦੀ ਭੈਣ ਸ਼ਾਮ ਦੇ ਬਾਹਰੋਂ ਰੁਲ ਕੇ ਮਰ ਗਈ। ਨਿੰਦਰ ਨਾ ਕਰੇ ਸਤਰ ਸੁਣੇ ਰਤ ਰੋਵਣ ਵਾਲਾ ਦਫਨ ਕਰ ਖੜੇ ਡੋਹਿਆਂ ਸਰ ਤੇ ਰੱਖੀ ਖੜੇ ਰਤ ਵਸਦੀ ਖੜੀਏ ਰੋਂਦਾ ਹੀ ਖੜੇ ਤੇ ਆਦਾ ਖੜੇ ਵਤਨ ਮਰੇ ਹਾ ਤੇਰੇ ਮਰਨ ਦਾ ਮੁੱਲ ਪੋਵੇ ਹਾ ਮਦੀਨਾ ਨਹੀਂ ਸ਼ਾਮ ਹੈ ਸ਼ਾਮ ਮੈਂ ਸੱਜਾਦ ਕੋ ਖਾ ਕੇ ਕਿਆ ਬਾਤ ਹੈ ਤੁਹਾਡੇ ਸੁਣਨ ਦੀ ਕਿਆ ਬਾਤ ਹੈ ਜਿਹੜੇ ਹਾਜ਼ਰ ਹੈ ਉਹਨਾਂ ਦੀ ਹਾਏ ਵੀ ਥਈ ਹੈ ਉਹਨਾਂ ਦੀ ਅੱਖ ਦਾ ਵਜ਼ੂ ਵੀ ਥੀ ਗਈ ਹੈ। ਮੈਂ ਲੱਖ ਦਫ਼ਾ ਵੱਧ ਪੜਾਂ ਮੈਂ ਇਸ ਜ਼ਾਕਰੀ ਦਾ ਕਾਇਲ ਹਾਂ ਜਿਹੜੇ ਬੇਰੀ ਆਚਾਰ ਬੈਠੇ ਤੁਹਾਡੀਆਂ ਨਸਲਾਂ ਆਬਾਦ ਹੋਵੇ ਮੇਰੇ ਆਵਣ ਦਾ ਮਕਸਦ ਪੂਰਾ ਹੋ ਗਿਆ ਚਾਰ ਬੰਦਿਆਂ ਵੀ ਬਾਈ ਜੀ ਰਲ ਕੇ ਹੈ ਚੱਕੀ ਤੀ ਇਹ ਮਜਲਿਸੇ ਹੁਸੈਨ ਕਦਾਈ ਫੈਸ਼ਨ ਨਾ ਬਣਾਵੇ ਇਹ ਇਬਰਤ ਦੇ ਕੁੱਠੇ ਦੇ ਕਤਲ ਦੀ ਸਾਥੇ ਇੱਥਾ ਹੀ ਪਤਾ ਲੱਗਦਾ ਜੋ ਕਾਤਲ ਕੌਣ ਹੈ ਮਕਤੂਲ ਕੌਣ ਹੈ ਨਾ ਰੋ ਸਕੇ ਤੇਰਾ ਆਪਣਾ ਮੁਕੱਦਰ ਹੈ ਕਰੇ ਚਾਹ ਪਤਾ ਇੱਥਾ ਹੀ ਲੱਗਦਾ ਜੋ ਦੀਨ ਤੇ ਧੀਆਂ ਕਹਿੰਦੀਆਂ ਰੋੜੀਆਂ ਕਾਇਨਾਤ ਕੁਰਬਾਨ ਕਰ ਦੇ ਕਬਰ ਤੇ ਬੈਠੀ ਆਈ ਰਤ ਰੋਵਣ ਵਾਲੇ ਠੱਡਾ ਸਾਹਿਬ ਰੇ ਡਾਡੀ ਸੱਜਣਾ ਦੇ ਦਰਦ ਆਉਂਦੇ ਨੇ ਮੋਇਆਂ ਨਾਲ ਮਰਦਾ ਕੋਈ ਨਹੀਂ ਕਬਰ ਛੋੜ ਆ ਵਤਨ ਵੱਲ ਜੁਲੂ ਹੋਵੇ ਸ਼ੀਆ ਬੈਠਾ ਮਜਲਿਸ ਵਿੱਚ ਹੋਵੇ ਗੁਰਬਤ ਦਾ ਜੁਮਲਾ ਪੜਾ ਬੰਦੇ ਦੀ ਹੈ ਨਾ ਥੀਵੇ ਕਬਰ ਕੁਹਾਂ ਨਾ ਲਾ ਕੇ ਦੇ ਉਹ ਰਤ ਰੁਕ ਵਜੀ ਕਹਿੰਦਾ ਵਤਨ ਕਿਹੜਾ ਵਤਨ ਆਦਾ ਖੜੇ ਵਤਨ ਮਦੀਨਾ ਰੋ ਰੋ ਕੇ ਬੈਠੀ ਆ ਜੇ ਤੂੰ ਮਦੀਨੇ ਵੰਜ ਵਸ ਮੇਰਾ ਇਹੋ ਮਦੀਨਾ ਹੈ ਜਿੱਥਾਂ ਹੀ ਰੁਲ ਹੋਈ ਦੀ ਕਬਰ ਹੈ ਸ਼ਾਬਾਸ਼ ਰਹਿ ਗਈ ਕਬਰ ਤੇ ਪਿਓ ਤੇ ਪੁੱਤਰ ਵਤਨ ਦੇ ਟੁਰੇ ਨੂੰ ਤੋੜ ਤੱਕ ਤੇਰੀ ਮਿੰਨਤ ਕਰੇ ਨਾ ਸੱਤਰ ਸੁਣੇ ਜਿਤਨੇ ਤਈ ਨਜ਼ਰ ਆਉਂਦੇ ਰਹਿਣ ਬਾਈ ਜੀ ਕੰਡ ਡਿਹਦੀ ਰਹੀਏ ਜਲੇ ਅੱਖਾਂ ਤੋਂ ਓਝਲ ਹੋਏ ਕਬਰ ਤੇ ਹੱਥ ਰੱਖ ਕੇ ਆਦੀ ਬੈਠੇ ਹੀ ਕਲਾਜ਼ਾ ਕਬਰ ਚ ਬਹਿਰਾ ਉੱਠੀ ਦੇਖ ਵਤਨਾ ਵਾਲੇ ਵਤਨਾ ਤੇ ਵੱਲੇ ਹੋਏ ਮਰਜ਼ੀ ਹੈ ਬਾਈ ਤੇਰੀ ਚੰਗੀ ਹੋਵੇ ਸੁਭਾਨ ਅੱਲਾਹ ਅਲਹਮਦੁਲਿਲਾ ਵਤਨਾ ਵਾਲੇ ਵਤਨਾ ਤੇ ਵੱਲੇ ਵਹਿੰਦੇ ਨੇ 35 ਸਾਲ ਕਬਰ ਤੇ ਬਹਿ ਕੇ ਮੋਜਾ ਪੜ੍ਹਦੀ ਹੈ ਕੁਰਾਨ ਭਰ ਪਾਉਂਦੀ ਹੈ ਪਾਣੀ ਆਉਂਦੇ ਹੈ ਜ਼ਵਾਰ ਪਾਣੀ ਪਿਲਾਵੇ ਹਾ ਉਜਰਤ ਵਾਸਤੇ ਲੋਕ ਜੇ ਵਿੱਚ ਹੱਥ ਪਾਵੇ ਨਾ ਕੰਡ ਕਰਕੇ ਆਖਿਆ ਮੈਂ ਮੰਗਣ ਵਾਲਾਂ ਦੀ ਦਾਈ ਨਹੀਂ ਹਾਜ਼ਰ ਹੋ ਸੇ ਤਾਂ ਸਮਝ ਆਸੀ ਨਾ ਜ਼ਈਫਾ ਪਾਣੀ ਜੋ ਪਿਲਾਈਂਦੀ ਉਜਰਤ ਠੱਡਾ ਸਾਹ ਭਰ ਕੇ ਆਖਿਆ ਦੁਆ ਮੰਗੋ ਸ਼ਾਲਾ ਰਤ ਰੁਕ ਵਜੇ ਆਇਓ ਮੈਂ ਨਾਲ ਵਕਤ ਅਵਲ ਅਲੀ ਦੀ ਧੀ ਦੀ ਕਬਰ ਨੀ ਢੱਲਿਆ ਮਾਸੂਮਾਂ ਦੀ ਕਬਰ ਤੇ ਆਵੇ ਆ ਦਰਜਾਤ ਬੁਲੰਦ ਹੋਵੇ ਹਾਫਿਜ਼ ਮੁਹੰਮਦ ਅਲੀ ਖਾਨ ਬਲੋਚ ਦੇ ਉਹ ਫਰਮਾਉਂਦੇ ਹਨ ਸ਼ਬੇ ਜੁਮਾ ਹਾਏ ਹਾਏ ਮੁਸਾਫਰਾਂ ਵਾਲੇ ਕਬਰਿਸਤਾਨ ਦੇ ਬਾਹਰ ਉਡੀ ਲੱਥੇ ਸ਼ਾਮੀ ਤੋਂ ਪੁੱਛੇ ਸੁਸੈਨ ਦੀ ਜ਼ਖਮੀ ਕਰਨ ਵਾਲੀ ਧੀ ਦੀ ਕਬਰ ਕੇ ਸ਼ਾਮੀ ਦੇ ਜ਼ਈਫਾ ਕਬਰਿਸਤਾਨ ਚ ਲੱਗੀ ਵੰਜ ਵਾਰ ਸਾਲਾਂ ਦੀਆਂ ਕਬਰਾਂ ਤੇ ਚਿਰਾਗ ਬਲਦੇ ਪਏ ਹੁਸੈਨ ਜਿਹੜੀ ਕਬਰ ਤੇ ਦੀਵਾ ਨਾ ਪਿਆ ਬਲਦਾ ਹੋਵੇ ਸਮਝ ਵਜੇ ਜਾਂ ਹੁਸੈਨ ਦੀ ਧੀ ਦੀ ਕਬਰ ਹੈ ਕਿਆ ਬਾਤ ਹੈ ਯਾਰ ਕਿਆ ਬਾਤ ਹੈ ਤੇਰੇ ਸੁਣਨ ਦੀ ਜ਼ਿੰਦਗੀ ਆ ਬੈਠੀ ਕਬਰ ਤੇ ਕਬਰ ਹੱਲੀ ਤੁਹਾਡੀ ਥੱਕ ਪਾਉਂਦੀ ਜ਼ਈਫੇ ਆਉਂਦੀ ਰੋਜ਼ਾਨਾ ਨਹੀਂ ਮਾਸੂਮਾ ਅੱਛਾ ਡਾਡੀ ਸੁਣਦੇ ਹਾਂ ਇੱਕ ਰਸਤਾ ਸ਼ਾਮ ਚੋਂ ਮਦੀਨੇ ਵਹਿੰਦੇ ਹਾਂ ਮਾਸੂਮਾ ਵਹਿੰਦੇ ਸਤਰ ਸੁਣੇ ਬਾਈ ਠੱਡਾ ਸਾਹ ਭਰ ਕੇ ਰੋ ਰੋ ਕੇ ਪਿਆ ਦੇ ਕਦਾਂ ਹੀ ਰਾਹ ਨਾ ਲੱਗੀ ਕਰ ਪੁੱਛਦੀ ਬੈਠੀ ਵਜ੍ਹਾ ਤਾਂ ਦੱਸ ਕਬਰ ਚ ਰੋ ਕੇ ਪਿਆ ਦੇ ਮੈਂ ਤਾਂ ਕੋਈ ਮਦੀਨੇ ਚੋਂ ਆਉਂਦਾ ਪਿਆ ਹੋਵੇ ਉਹਦੇ ਕੋਲ ਪੁੱਛੀ ਆਵੇ ਰਾਤ ਰੁਕ ਗਈ ਅਸੀਂ ਅੱਜ ਰੋਂਦਾ ਸ਼ਾਬਾਸ਼ ਮੁੱਕ ਗਈ ਨੌਕਰੀ 5 ਮੁਹਰਮ ਸੁਬਹ ਦਾ ਟਾਈਮ ਦਸਤੂਰ ਦੇ ਮੁਤਾਬਿਕ ਅਲੀ ਦੀ ਧੀ ਦੀ ਕਬਰ ਤੇ ਬੈਠੀ ਖਤਮ ਕੁਰਾਨ ਦਾ ਕੀਤੇ ਕੋਸ਼ਿਸ਼ ਕੀਤੀ ਹੈ ਜੋ ਮੈਂ ਉੱਠਾਂ
ਉੱਠੀ ਨਹੀਂ ਸਕੀ, ਕਬਰ ਤੇ ਹੱਥ ਰੱਖਿਆ ਦੀ ਬੈਠੇ ਪੱਕ ਲੱਗ ਗਏ, ਨੌਕਰੀ ਮੁੱਕ ਗਈ। ਅਮੀਰ ਏ ਉਹ ਬੰਦਾ ਜਿਹੜਾ ਹੈ ਨਹੀਂ ਕਰ ਸਕਾ, ਕਬਰ ਹੱਲੀਏ ਕਬਰ ਹੀ ਚੁਣਾ ਹੈ, ਅੰਮਾ ਤੂੰ ਬੇਵਾਰਿਸ ਤਾਂ ਨਾ ਹੈ, ਸ਼ਾਬਾਸ਼ ਜ਼ਿੰਦਗੀ ਹੋਵੇ ਬਈ, ਅਲਹਮਦੁਲਿਲਾ। ਕਹਿ ਕੁ ਛੱਡਾਂ ਮੇਰੇ ਸੱਜਾਦ ਦੇ ਬਾਕਰ ਦੇ ਲੱਕ ਤੇ, ਕਬਰ ਤੇ ਬੈਠੀ ਆਈ ਬਾਈ ਜੀ ਮਦੀਨੇ ਤੋਂ ਮੂੰਹ ਕੀਤਾ, ਸ਼ਕਲ ਮਾਰੀ ਇਸ ਸਜਾਦ ਡਾਡੀ ਸਦੇਂਦੀ ਆਈ, ਆਖਰੀ ਟਾਈਮ ਹੈ ਬਚਦੀ ਨਾ, ਪਰਦੇਸ ਏ ਮੈਂ ਇਕੱਲੀ ਹਾਂ, ਸਾਰੀ ਜ਼ਿੰਦਗੀ ਨੌਕਰੀ ਕੀਤੀ ਹੈ, ਹਾਏ ਮੇਰਾ ਅੱਲਾ, ਹਕਲ ਤਾਂ ਮਾਰੀ ਇਸ ਰਾਤ ਰੋਣ ਵਾਲੇ ਇਮਾਮ ਦੀ ਕਿਹੜੀ ਹਾਲਤ ਹੈ, ਜ਼ਹਿਰ ਮਿਲੀ ਹੋਈ ਏ ਜਿਗਰ ਕਪੀਚ ਕੇ ਬਹਿਰ ਪਿਆਂਦੇ। ਜਨਾਬ ਮੁਹੰਮਦ ਬਾਕਰ ਅਲੈਹਿ ਸਲਾਤੁ ਵਸਲਾਮ ਬਾਬੇ ਦੇ ਸਾਹਮਣੇ ਡਿੱਠਾ ਨੇ, ਅੱਖਾਂ ਚ ਫੋਨ ਮੂੰਹ ਚ ਫੋਨ, ਬਾਬਾ ਰਤਨ ਰਵੋ ਗਰੀਬਾ ਦੇ ਇੱਥੇ ਰੋਸਾਂ, ਕਬਰ ਚ ਰੋਸਾਂ, ਹਸ਼ਰ ਤੇ ਰੋਸਾਂ, ਇਹ ਨਹੀਂ ਰੁਕਦੀ। ਜਿਹੜਾ ਹੈਰਾਨ ਹੈ ਉਹਦਾ ਆਪਣਾ ਮੁਕੱਦਰ ਹੈ, ਸਤਰ ਵੀ ਹਦਾ ਪੁੱਤਰ ਤਾਂ ਮੂੰਹ ਚੁੰਕਿਆ ਦੇ, ਦਸਤੂਰੇ ਜ਼ਮਾਨਾ ਹੈ ਫਿਰਾ ਫੇਣਾ ਦੇ ਡਾਚ ਬਣੇ ਦੇ ਰਹਿਣੇ, ਮੈਂ ਦੁਨੀਆ ਦਾ ਏਡਾ ਵੱਡਾ ਗਰੀਬ ਹਾਂ, ਸ਼ਾਮੇ ਗਰੀਬ ਆਈ ਮੇਰੀ ਭੇਣ ਮੇਰੇ ਸਿਰਾਂ ਤੋਂ ਆਈ, ਰੋ ਰੋ ਕੇ ਖੜੀ ਆਦੀ ਆਈ, ਸੱਜਾਦ ਅਕਬਰ ਦਾ ਕਾਤਿਲ ਮੇਰਾ ਡਾਚ ਲੁੱਟ ਗਈ, ਅਲਹਮਦੁਲਿਲਾ ਅਲਹਮਦੁਲਿਲਾ, ਰਤ ਨਹੀਂ ਰੁਕਦੀ, ਮੈਂ ਇੱਥੇ ਹੀ ਰੋਸਾਂ, ਮੈਂ ਕਬਰ ਚ ਰੋਸਾਂ, ਮੈਂ ਹਸ਼ਰ ਤੇ ਮੂੰਹ ਚੋਂ ਮੈਂ ਇਸ ਬਚੜੇ ਦਾ ਲਾਲ ਬਚਦਾ ਨਾ, ਗੁਸਲ ਕਫਨ ਬਾਦ ਦੇਵੇਂ ਪਹਿਲੇ ਸ਼ਾਮ ਵੰਡ, ਛੱਡਾ ਸਾਹਿਬ ਰੱਖਿਆ ਦੇ ਬਾਬਾ ਸ਼ਾਮ ਵੰਜਾਂ, ਫਰਮੈ ਵੰਜਣਾ ਜ਼ਰੂਰੀ ਏ, ਸ਼ਰੀਫਾਂ ਕੋ ਇਹਸਾਨ ਨਹੀਂ ਭੁੱਲਦੇ। ਪੜ੍ਹੀ ਖੜਾ ਮੈਂ ਮਜਲਿਸ, ਇਵੇਂ ਥੋੜ੍ਹੇ ਜਿਤਨੇ ਟਾਈਮ ਵਿੱਚ ਮੈਨੂੰ ਦੇਖੇ ਖੁਦਾ ਵਾਸਤੇ, ਕਯਾਮਤ ਦਾ ਵੇਲਾ ਹਾ, ਇੱਥੇ ਵਿਊ ਪੁੱਤਰਾਂ ਦੀਆਂ ਇਹ ਗੱਲਾਂ ਹੈ, ਰੁੱਤ ਕਬਰ ਤੇ ਜੜੀ ਹੋਈ ਹੈ, ਰੋ ਰੋ ਕੇ ਪਿਆ ਦੀ, ਤਰਾਏ ਹਕਲਾ ਮਾਰੀਏ ਮਜਾ ਕੋਈ ਨਹੀਂ ਆਇਆ, ਇਹ ਪਰਦੇਸ ਏ ਮੈਂ ਇਕੱਲੀ ਹਾਂ, ਹਾਏ ਮੈਂ ਅੱਲਾ, ਰੋਣ ਤੇਡੇ ਮੁਕੱਦਰ ਦੇ ਸਤਰ ਮੈਂ ਆਖਣੀਏ, ਮੁਸੱਲੇ ਤੇ ਗਰੀਬ ਦੇ ਹਾਕੀ ਦੁਆ ਕਰੇ ਸੇ, ਕਬਰ ਤੇ ਹੱਥ ਰੱਖਿਆ ਦੀ ਬੈਠੀ, ਕਿਹੜਾ ਦੁੱਖ ਏ ਜਿਹੜੇ ਚ ਮੈਂ ਭਈ ਵਾਲ ਨਾ ਰਹੀ, ਰੋ ਰੋ ਕੇ ਬੈਠੀ ਆਦੀ ਹੈ, ਜੇ ਸੱਜਾਦ ਕੰਢ ਤੇ ਝਲੇਂਦਾ ਰੇ ਤਾਂ ਮੈਂ ਹੱਥਾਂ ਤੇ ਝਲੇਂਦੀ ਰਹੀ, ਉਹਦੀ ਕੰਢ ਜ਼ਖਮੀ ਹੈ, ਮੇਰੇ ਹੱਥ ਜ਼ਖਮੀ ਹੈ, ਸਦਕ ਥੀ ਜੰਗਲ ਮੁੱਕੀ ਨਹੀਂ, ਇਹ ਹੱਕ ਲਈ ਡਾਡੀ ਮੇਰਾ ਸਲਾਮ, ਕਬਰ ਤੂੰ ਸਰ ਚਾਇਸ, ਅਲੈਕ ਸਲਾਮ, ਬਾਬਾ ਨਹੀਂ ਆਇਆ, ਆਦੇ ਡਾਡੀ ਮੇਰੇ ਬਾਬੇ ਦਾ ਔਖਾ ਟਾਈਮ ਏ, ਜ਼ਹਿਰ ਮਿਲੀ ਹੋਈ ਏ ਜਿਗਰ ਬਹਿਰ ਫਿਆਂਦ, ਆਦੇ ਬਚਦੀ ਨਾ ਮਿੰਨਤ ਲਾ, ਚੇਕੜੀ ਵਾਰ ਸ਼ਾਮ ਦਾ ਸੰਗਤੀ ਮਿਲਾ, ਜਿਹੜਾ ਮਜਲੇ ਸੁਣਦੇ ਉਹਦੇ ਵਾਸਤੇ ਖੜਾ ਪੜਦਾ, ਹੁਣ ਕਯਾਮਤ ਦਾ ਵੇਲਾ ਹਰ ਮਾਤਮੀ ਦਾ ਚਿਹਰਾ ਖੜਾ ਦੇਦਾ, ਮੇਰੇ ਇਮਾਮ ਨੇ ਅੰਗਲੀ ਦਰਾਜ ਕੀਤੀ, ਜੱਡਾ ਮੰਜ਼ਰ ਦਿੱਤਾ ਏ ਕਬਰ ਤੇ ਜਣੀਏ, ਗਸ਼ ਕਰ ਗਈਏ ਤਲੀਆਂ ਮਲੇਂਦਾ ਬੈਠੇ, ਰੋਂਦਾ ਬੈਠੇ ਦਿਆ ਦਾ ਬੈਠੇ, ਡਾਡੀ ਮੈਂ ਗਰੀਬ ਓ ਮਦੀਨੇ ਤੂੰ ਸ਼ਾਮੇ, ਤੇਰਾ ਵੀ ਆਖਰੀ ਵੇਲਾ ਏ, ਉਹਦਾ ਵੀ ਆਖਰੀ ਵੇਲਾ ਏ, ਜਿਹੜਾ ਦਾ ਗੁਸਲ ਕਫਨ ਬਾਦ ਰੇ, ਸ਼ਰੀਫਾਂ ਤੂੰ ਏ ਸੁਭਾਵਾ, ਜੀਂਦੇ ਰਹੋ ਯਾਰ, ਛਲਵੇਣ ਕਬੂਲ ਹੋਵੇ, ਤਲੀਆਂ ਬੈਠਾ ਮਲੇਂਦਿਆ ਦੇ, ਡਾਡੀ ਮੈਂ ਵੱਡਾ ਗਰੀਬ, ਉੱਠੀ ਬੈਠੀਏ ਰੁਨੀਆਂ ਦੇ ਸੱਜਾਦ ਵੱਡਾ ਗਰੀਬ, 40 ਸਾਲ ਰਾਤ ਰੋਣ ਦੇ ਬਾਅਦ ਵੱਧਣ ਤੇ ਮੌਤ ਆਈਏ, ਉਹਦੀਆਂ ਭੇੜੀ ਖੋਲ ਆਏ, ਉਹ ਤੇਰੀ ਜਵਾਨੀ ਦੀ ਕਸਮ, ਰੋ ਰੋ ਕੇ ਬੈਠੀਆਂ ਦੇ ਉਹਦੀ ਗੁਰਬਤ, ਰੁਨੀਆਂ ਦਹਵੀਂ ਦਾ ਦੀਆਂ, ਜੁਮੇ ਦਾ ਰੋਲਾ, ਜ਼ਖਮੀ ਦਾ ਡਾ, ਘੋੜੇ ਦੀ ਵਾਗ ਹੱਥੀ ਜਾਈ, ਕਈ ਵੇਲੇ ਸੱਜੇ ਦੇ ਦਾ, ਕਈ ਵੇਲੇ ਖੱਬੇ ਦੇ ਦਾ, ਹੱਕਲ ਮਾਰ ਕੇ ਆਂਦਾ ਕਿਰ ਗਿਆ ਮੇਰਾ ਅਖਬਾਰ ਬਚਣਾ, ਅੱਲਾ ਮਾਨ ਜ਼ਿੰਦਗੀ ਉਹ ਵੀ ਬਾਈ ਕਿਰ ਗਿਆ ਮੇਰੀ ਕਮਰ ਦਾ ਜ਼ੋਰ ਅੱਬਾਸ, ਹੰਜ ਤੇ ਹਾਏ ਤੇਰੇ ਮੁਕੱਦਰ ਦੀ ਇਹ ਗੱਲ ਮੁੱਕੀ, ਖੁਦਾ ਗਵਾਏ ਰੂਹ ਪਰਵਾਜ਼ ਕਰ ਗਈ,
ਹੋਰਾਂ ਨੇ ਜੰਨਤ ਨੇ ਗੁਸਲ ਲਿੱਤਾ, ਕਫਨ ਗੁਸਲ ਹੀ ਮਿਲ ਗਿਆ ਹੈ, ਕਫਨ ਹੀ ਮਿਲ ਗਈ ਹੈ, ਮਈਆ ਤਿਆਰ ਹੋ ਗਈ ਹੈ ਭਾਈ ਜਾਨ, ਜਨਾਜ਼ਾ ਪੜਾਵਣ ਵਾਸਤੇ ਮਲਾਇਕ ਬਿਆਨ ਮੇਰੇ ਦੇਖੇ, ਲੇਕਿਨ ਮੇਰੇ ਇਮਾਮ ਨੂੰ ਇੰਤਜ਼ਾਰ ਹੈ, ਅੱਖਾਂ ਵਸਦੀਆਂ ਖੜੀਆਂ, ਕਹਿੰਦਾ ਰਾਹ ਖੜਾ ਦੇਦਾ ਹੈ, ਜਦੋਂ ਵਤਨ ਤੁਟਦੀ ਆਈ ਵੱਡੇ ਪੁੱਤਰ ਦਾਊਦ ਨੂੰ ਵਸੀਅਤ ਕੀਤੀ ਹੈ, ਪਰਦੇਸ ਵਿੱਚ ਕੋਈ ਗਰੀਬ ਮਈਅਤ ਹੋਏ ਗੁਜ਼ਰੇ ਨਹੀਂ ਜਨਾਜ਼ਾ ਜ਼ਰੂਰ ਆਇਆ ਹੈ। ਅਲਮਾਨ ਅਲਮਾਨ ਜ਼ਿੰਦਗੀ ਹੋਈ, ਜ਼ਿੰਦਗੀ ਹੋਈ, ਇਹਨੂੰ ਮਈਅਤ ਤਿਆਰ ਹੈ, ਇਹਨੂੰ ਫਿਜ਼ਾ ਦੇ ਬਚੜੇ ਬਹਿਣੇ ਸ਼ਿਕਾਰ ਦੀ ਗੱਲ ਵਾਸਤੇ। ਹਾਇਓ ਮੇਰਾ ਅੱਲਾ, ਅੱਲਾ ਗਵਾਏ ਜਦੋਂ ਦੌਦ ਦਿੱਠਾ ਹੈ, ਵਤ ਮਾਂ ਦੀ ਵਸੀਅਤ ਯਾਦ ਆਈ, ਘੋੜਾ ਰੋਕਾ ਹੈ ਪਿੱਛਾ ਤੇ ਮੂੰਹ ਕੀ ਦਿਆ ਦਈ, ਹਜਾ ਘੋੜਾ ਰੋ ਕੱਲਾ ਜਾਣੇ ਕੌਣ ਬਿਵਾਰੇ ਸੇ, ਉਹ ਜਿਹਦੇ ਨਾਲ ਜਨਾ ਦਾ ਪੜਾਵਣ। ਵਾਹ ਵਾਹ, ਹੱਥ ਖੋਲ ਪੈ ਜਾ, ਜ਼ਿੰਦਗੀ ਹੋਈ ਮੰਗ ਫਿਰ ਕੇ, ਹੱਥ ਖੋਲ ਮੈਨੂੰ ਸਲਾਬਾਦ ਹੋਣੀ, ਮਰ ਜਾਵਾਂ ਸਤਰਨ ਬਣਾ, ਆਦੇ ਘੋੜੇ ਦੌੜੇ ਨੇ ਆਏ, ਮੈਨੂੰ ਮਾਂ ਦੀ ਵਸੀਅਤ ਯਾਦ ਆਈ, ਘੋੜੇ ਦੌੜਾਏ ਨੇ ਇਮਾਮ ਦੇ ਕਰੀਬ ਆਏ, ਘੋੜਾ ਤੋਂ ਲਾਹਦੇ ਆਏ, ਸਫਾ ਬਣਦੀ ਆਈ, ਭਾਈ ਜਾਨ ਇਮਾਮ ਅੱਗੇ ਖੜੇ, ਦੌਦ ਪਿੱਛੋਂ ਖੜੋਤੇ, ਕੋਈ ਘਰ ਇਹੋ ਜਿਹਾ ਨਹੀਂ ਜੇ ਮੌਤ ਨਾ ਲੁਆਇਆ ਹੋਵੇ। ਹਾਇਓ ਮੇਰਾ ਅੱਲਾ, ਹੁਣ ਜਨਾਜ਼ਾ ਪੜਾਵਣ ਵਾਲਾ ਸਭ ਤੋਂ ਪਹਿਲੇ ਮਾਲਕ ਮਤਾਮ ਤੋਂ ਪੁੱਛਦਾ ਹੈ, ਅੱਖਾਂ ਨੈਣ ਸਾਵਣ ਦੇ ਬਦਲ ਬਣੇ ਆਏ, ਮੇਰਾ ਇਮਾਮ ਰੁਨਾ ਹੈ, ਹਾਂ ਜਨਾ ਵੀ ਮੁਕੱਦਰ ਦਾ ਗਿੱਲਾ ਖੜੇ, ਰੋ ਰੋ ਕੇ ਖੜਾ ਦੇ ਦਊਂ ਇਜਾਜ਼ਤ ਹੈ, ਓ ਤੇਰੀ ਮਾਂ ਦਾ ਜਨਾਜ਼ਾ ਪੜਾ। ਵਾਹ, ਜਿੰਦੇ ਰਹੋ ਯਾਰ, ਸਾਰੇ ਸ਼ਾਮਿਲ ਹੋਵੋ, ਜ਼ਿੰਦਗੀ ਅੰਦਰ ਹਾਲ ਹੋਏ, ਇਜਾਜ਼ਤ ਹੈ ਤੇਰੀ ਮਾਂ ਦਾ ਜਨਾਜ਼ਾ ਪੜਾਵਾਂ। ਆਵਾਜ਼ ਆਈਏ ਮੇਰੇ ਕੋਲੋਂ ਜੋ ਪੁੱਛਦੇ ਹੋ, ਮੇਰੀ ਕੋਈ ਮਾਂ ਹੈ? ਆਵਾਜ਼ ਆਈਏ ਸੁਜਾਣ ਬਾਜ਼ਾਰ ਰੁਲੀਏ, ਆਇਓ ਮੇਰਾ ਅੱਲਾ ਨਿਰਵਾਰ ਦੇ ਮੇਰੇ ਦੇਖ ਭਾਈ, ਕਾਇਨਾਤ ਕੁਰਬਾਨ ਕਰਦੇ ਵਾਂ, ਪੜ੍ਹੀ ਗਈ ਹੈ ਜਨਾਜ਼ਾ, ਅੱਗਾਂ ਤੇ ਵਧੇ ਦਾਊਦ ਇਮਾਮ ਦੇ ਕਦਮਾਂ ਛੜਿਆ ਹੈ, ਸਾਰੀ ਜ਼ਿੰਦਗੀ ਤੁਹਾਡੀ ਨੌਕਰੀ ਕਰੇ ਨਹੀਂ ਰਹੀ, ਹੁਣ ਮੇਰੀ ਮਾਂ ਦੁਨੀਆ ਤੋਂ ਤੁਰ ਗਈ ਹੈ, ਇਮਾਮ ਮੈਨੂੰ ਇਜਾਜ਼ਤ ਦਿਓ, ਮੇਰੀ ਮਾਂ ਨੂੰ ਹੁਕਮ ਦਿਓ, ਮੈਂ ਮਾਂ ਨਾਲ ਬੋਲੇ ਨਾ, ਮੇਰੀ ਮਾਂ ਮੇਰੇ ਨਾਲ ਬੋਲੇ, ਇਮਾਮ ਦੀ ਆਵਾਜ਼ ਇਜਾਜ਼ਤ। ਹਾਇਓ ਮੇਰਾ ਅੱਲਾ, ਤੂੰ ਮਾਂ ਨਾਲ ਬੋਲ, ਤੇਰੀ ਮਾਂ ਤੇਰੇ ਨਾਲ ਬੋਲੇ ਸੀ, ਇਹਨੂੰ ਫਿਜ਼ਾ ਦੇ ਬੱਚੜੇ ਤੁਰੇ ਨੀ, ਇਹਨੂੰ ਇਮਾਮ ਬਾਖਿਰ ਤੁਰੀ ਆਏ, ਹਕਲ ਮਾਰ ਕੇ ਆਦੇ ਦਾਦੀ ਬੱਚੜੇ ਮਿਲਣ ਆਏ ਨੀ, ਮੁਲਤਾਨ ਵਾਲੇ ਬੱਚੜਾਂ ਦੇ ਮਿਲਣ ਦਾ ਨਾਮ ਹੈ, ਕਫਨ ਦੇ ਬੰਦ ਖੁੱਲੇ, ਬਾਈ ਵਧਾ ਕੇ ਆਦੇ ਬਿਸਮਿਲਾ ਮੇਰਾ ਹਸਾਨ, ਆਦੇ ਬਿਸਮਿਲਾ ਮੇਰਾ ਕਰਬਲਾ ਦਾ ਗਰੀਬ। ਮੈਨੂੰ ਦੇਖ, ਜ਼ਿੰਦਗੀ ਹੋਵੀ ਬਾਈ, ਜ਼ਿੰਦਗੀ ਹੋਵੀ, ਆਵਾਜ਼ ਆਈਏ ਨਾ ਡਾਡੀ, ਵਤਨ ਤੋਂ ਬੱਚੜੇ ਮਿਲਣ ਆਏ ਨੀ, ਆਦੇ ਉਹਲੇ ਕੀਰ ਗਏ ਜਲੇ ਕੁਰਾਨ ਚਾਈ ਖੜੀ ਆਈ, ਆਦੀ ਖੜੀ ਆਈ ਨਮਾਰੋ ਮੇਰਾ ਤਸਾ ਫਿਰਾਏ, ਇਹਨੇ ਛੁੜਾਵਣ ਵਾਲਾ ਸਦਕੇ ਸਦਕੇ ਕਦਮਾਂ ਤੇ ਜਣਿਆ ਹੈ, ਸਾਰੀ ਜ਼ਿੰਦਗੀ ਤੁਹਾਡੀ ਨੌਕਰੀ ਕੀਤੀ ਹੈ, ਹੁਣ ਮੇਰੀ ਮਾਂ ਦੁਨੀਆ ਤੋਂ ਤੁਰ ਗਈ, ਇਜਾਜ਼ਤ ਦਿਓ, ਮੈਂ ਮਈਅਤ ਵਤਨ ਤੇ ਦੇਣਾ, ਉਹ ਤੇਰੀ ਜਵਾਨੀ ਦੀ ਕਸਮ ਹੈ, ਜਲੇ ਵਤਨ ਦਾ ਨਾਮ ਆਇਆ ਉਸ ਵੇਲੇ ਅਲੀ ਦੀ ਧੀ ਦੀ ਕਬਰ ਹੱਲੀਏ, ਕਬਰ ਚੁਣ ਆਏ ਬਾਕਰ ਵੰਗਣ ਦੇ, ਜਿਨ੍ਹਾਂ ਦੇ ਜੀਂਦੇ ਆਉਂਦੇ ਉਹ ਵਤਨਾਂ ਤੇ ਖੀਨ ਹੋਏ ਨੇ, ਆਵਾਜ਼ ਆਈਏ ਉਹਦੇ ਜੀਂਦੇ ਜੋ ਹੈ ਘਿੰਨਣਾ ਸਦਕੇ, ਇਜਾਜ਼ਤ ਮਿਲੀ ਹੈ ਦੌਦ ਮਾਂ ਦੀ ਮਈਆ ਚਾਈ। ਇੱਕੇ ਗੱਲ ਦਾ ਜਵਾਬ ਦੇ ਮੋਈ ਹੁਸੈਨ ਦੀ ਬਹਿਣ ਕੋਲ, ਕਬਰ ਮਾਸੂਮਾਂ ਦੇ ਨਾਲ ਕਿਉਂ ਹੈ? ਦਊਦ ਮਾਂ ਦੀ ਮਈਅਤ ਗਿਦੀ ਆਂਦਾ, ਮਾਸੂਮਾਂ ਦੀ ਕਬਰ ਤੋਂ ਮਈਅਤ ਗੁਜ਼ਰੀ ਹੈ, ਮੁਲਤਾਨ ਲਿਆ ਜਨਾਜ਼ਾ ਝੁਕਣਾ ਸ਼ੁਰੂ ਹੋਇਆ ਹੈ, ਦਊਦ ਮਾਂ ਦੀ ਮਈਅਤ ਰੱਖੀ ਹੈ, ਇਮਾਮ ਦੇ ਕਦਮਾਂ ਤੇ ਜਣਿਆ ਦੇ ਮਾਂ ਦਾ ਮਈਅਤ ਬਾਅਦ ਮੈਂ ਸਾਂ, ਮਿੰਨਤ ਲਾ ਪਹਿਲੇ
ਸਜ਼ਾ ਝਿੰਕੀ ਜਾ ਛੋਟੀ ਕਬਰ ਕਹਿੰਦੀ ਏ ਇਮਾਮਾ ਦੇ ਕਿਆ ਦਿੱਥੇ ਯਾਦ ਮਰ ਵਨਾ ਮੈਂ ਮਨਜ਼ਰ ਨਾ ਦੇਖਾ ਮੈਂ ਦਿੱਥੇ ਕਬਰ ਦੇ ਵਿੱਚੋਂ ਨੂੰ ਛੋਟੇ ਕੜੀ ਵਾਲੇ ਹੱਥ ਬਹਿਰੇ ਰੋ ਰੋ ਕੇ ਪਈਆ ਦੀਏ ਹਰ ਮੋੜ ਤੇ ਮੇਰੇ ਨਾਲ ਰਹੀਏ ਹੁਣ ਕਿਉਂ ਹੈ ਵਤਨ ਤਿਆਰ ਏ ਸ਼ਾਮ ਦੀ ਨਗਰੀ ਅੱਲਾ ਲਾਨਤੁਲਾਹ